ਨਵਾਹੀ ਗੁਰੂ ਸਾਹਿਬ ਜੀਓ ਮੰਘੇਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਤਨ ਮਨ ਮੋਲਿਆ RAM ਸਿਓ ਸੰਗ ਸਾਦ ਸਹਿਲੜੀਆਂ ਸਾਦ ਜਣਾਤੇ ਬਾਹਰੀ ਸੇ ਰਹਿਣ ਅਕੇਲੜੀਆਂ ਤੈਨ ਦੁਖਨ ਕਬਹੂ ਉਤਰੈ ਸੇ ਜਮਕੈ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਿਨ ਜੜੀਆਂ ਨਾਨਕ ਬਾਂਚੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਕਿਰ ਪ੍ਰਭ ਅਰਦਨਾ ਬਹੁੜ ਨਾ ਜਨਮੜੀਆਂ ਮੰਕਿਰ ਪ੍ਰਭ ਅਰਦਨਾ ਬੋੜ ਨਾ ਜਨਮੜੀਆਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਆਓ ਜੀ ਨਿੱਗਾ ਧਿਆਨ ਧਰਿਏ ਸਹਿਬ ਦੇ ਚਰਨਾਂ ਵਿੱਚ ਨਕਮਸਤਕ ਹੋਈਏ ਜੀ ਸਤਕਾਰ ਨਾਲ ਪ੍ਰੇਮ ਨਾਲ ਗੱਜਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਕ ਦੇ ਮਹੀਨੇ ਤੋਂ ਬਾਅਦ ਦੇਸੀ ਮਹੀਨਾ ਮੱਗਰ ਦਾ ਆਉਂਦਾ ਹੈ ਜਿਹਨੂੰ ਠੰਡਾ ਮਿੱਠਾ ਮਹੀਨਾ ਆਖਿਆ ਜਾਂਦਾ ਹੈ ਜਿਦੇ ਵਿੱਚ ਨਾ ਗਰਮੀ ਹੁੰਦੀ ਹੈ ਤੇ ਨਾ ਠੰਡ ਹੁੰਦੀ ਹੈ ਬੜਾ ਹੀ ਪਿਆਰਾ ਜਾਂ ਮਹੀਨਾ ਮੰਨਿਆ ਜਾਂਦਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ 12 ਮਹਾ ਦੀ ਜਿਹੜੀ ਪਾਵਨ ਬਾਣੀ ਹੈ ਜਿਹੜੀ ਕਿ ਮਾਜ ਰਾਗ ਦੇ ਵਿੱਚ ਉਚਾਰਨ ਕੀਤੀ ਗਈ ਹੈ ਉਹਦੇ ਵਿੱਚ ਮੱਗਰ ਦੇ ਮਹੀਨੇ ਦਾ ਵੀ ਬੜਾ ਪਿਆਰਾ ਜ਼ਿਕਰ ਕੀਤਾ ਹੈ ਹੁਣ ਹਰ ਇੱਕ ਮਹੀਨੇ ਦਾ ਨਾਮ ਵਰਤ ਕੇ ਗੁਰੂ ਅਰਜਨ ਸਾਹਿਬ ਨੇ ਸਾਨੂੰ ਸਮਝਾਇਆ ਅੰਦਰ ਦੀ ਗੱਲ ਹੈ ਕਿ ਜਿਵੇਂ ਬਾਹਰ ਤੌਰ ਤੇ ਮੱਗਰ ਚੜਦਾ ਚੇਤ ਹੈ ਵਿਸਾਖ ਹੈ ਜੀਠ ਹੈ ਹਾੜ ਹੈ ਅੱਸੂ ਹੈ ਇਹ ਜਿਹੜੇ ਮਹੀਨੇ ਨੇ ਬਾਹਰੀ ਤੌਰ ਤੇ ਇਹਨਾਂ ਦਾ ਪ੍ਰਭਾਵ ਜਿਵੇਂ ਰੁੱਤਾਂ ਦੇ ਮੁਤਾਬਕ ਪੈਂਦਾ ਹੈ ਤੇਰੇ ਸ਼ਰੀਰ ਦੇ ਉੱਤੇ ਇਦਾਂ ਹੀ ਅੰਦਰ ਵੀ ਤੇਰੇ ਇੱਕ ਬਾਰਾਂ ਮਾਂ ਹੈ ਅੰਦਰ ਵੀ ਇੱਕ ਜੀਵਨ ਹੈ ਗੁਰੂ ਅਰਜਨ ਸਾਹਿਬ ਨੇ ਮੱਗਰ ਨੂੰ ਲਿਖਿਆ ਮੰਕਿਰ ਮੰਮੇ ਟਿੱਪੀ ਕੱਗੇ ਸਿਆਰੀ ਰਾਰੇ ਸਿਆਰੀ ਘਿਰ ਮੰਕਿਰ ਗੁਰੂ ਅਰਜਨ ਸਾਹਿਬ ਕਹਿੰਦੇ ਮੰਕਿਰ ਮਾਹੀ ਸੋਹਣ ਦੀਆਂ ਇਸ ਮਹੀਨੇ ਦੇ ਵਿੱਚ ਉਹ ਜੀਵ ਇਸ ਤਰ੍ਹਾਂ ਸੋਹਣੀਆਂ ਲੱਗਦੀਆਂ ਨੇ ਹਰ ਪਿਰ ਪਿਰ ਭਾਵ ਪਤੀ ਹਰ ਭਾਵ ਪਰਮਾਤਮਾ ਸੰਗ ਭਾਵ ਨਾਲ ਬੈਠੜੀਆਂ ਜਿਹੜੀਆਂ ਬੈਂਧੀਆਂ ਨੇ ਮੱਗਰ ਦਾ ਮਹੀਨਾ ਬੜਾ ਪਿਆਰਾ ਹੈ ਠੰਡਾ ਮਿੱਠਾ ਹੈ ਬੜੀ ਸੁਹਾਵਣੀ ਰੁੱਤ ਵਾਲਾ ਹੈ ਇਸ ਮਹੀਨੇ ਦੇ ਵਿੱਚ ਉਹ ਇਨਸਾਨ ਜਿਆਦਾ ਸੋਹਣੇ ਲੱਗਦੇ ਨੇ ਜਿਆਦਾ ਪਿਆਰੇ ਲੱਗਦੇ ਨੇ ਜਿਹੜੇ ਪਿਆਰੇ ਪ੍ਰਭੂ ਪਤੀ ਨੂੰ ਆਪਣੇ ਨੇੜੇ ਸਮਝਦੇ ਨੇ ਤੇ ਉਹਦਾ ਕਦੇ ਸੰਗ ਨਹੀਂ ਛੱਡਦੇ ਨੇ ਆਪਣੇ ਗੁਰੂ ਦੇ ਬਚਨਾਂ ਉੱਤੇ ਪਹਿਰਾ ਦਿੰਦੇ ਹੋਏ ਪ੍ਰਮਾਤਮਾ ਦੇ ਪਾਵਨ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ ਸ਼ੁਰਵਾਦ ਹੋ ਗਈ ਜੀ ਮਗਰ ਦਾ ਮਹੀਨਾ ਸਫਲ ਹੋਣਾ ਦਾ ਜਿਨ੍ਹਾਂ ਨੇ ਰੱਬ ਦਾ ਪੱਲਾ ਹੀ ਨਹੀਂ ਛੱਡਿਆ ਜਿਵੇਂ ਧੰਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਆਖਿਆ ਗਿਆ ਨਾ ਕਿ ਉਹ ਪੰਛੀ ਦੇਖੋ ਜਿਹੜੇ ਪੰਛੀ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਕਿ ਵਿਚਾਰੇ ਕੀ ਕਰਦੇ ਨੇ ਕਿ ਜ਼ਮੀਨ ਤੇ ਪਏ ਹੋਏ ਦਾਣੇ ਚੁਗਦੇ ਆ ਲੇਕਿਨ ਫੇਰ ਵੀ ਰੱਬ ਨੂੰ ਤਾਂ ਯਾਦ ਰੱਖਦੇ ਆ ਬੰਦਾ ਸਭ ਕੁਝ ਖਾ ਪੀ ਕੇ ਰੱਬ ਨੂੰ ਭੁਲਾ ਕੇ ਬੈਠਾ ਹੋਇਆ ਫਿਰ ਗੁਰੂ ਨੂੰ ਕਹਿਣਾ ਪੈਂਦਾ ਕਿ ਅੰਤਰਜਾਮੀ ਸਭ ਵਿਦ ਜਾਣੈ ਤਿਸ ਦੇ ਕਹਾ ਦੁਲਾਰਿਓ ਹਸਤ ਪਾਮ ਛਰੇ ਕਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂਰੇ ਤੈ ਮਨ ਤੇ RAM ਵਿਸਾਰਿਓ ਲੂਣ ਖਾਏ ਕਰੇ ਹਰਾਮ ਕੋਰੀ ਪੇਕਤ ਨੈਣ ਬਿਦਾਰਿਓ ਇੱਕ ਦਿਨ ਪਹਿਲਾਂ ਵੀ ਇਹ ਸ਼ਬਦ ਮੈਂ ਵਰਤੇ ਅਸੀ ਗੁਰੂ ਨੂੰ ਕਹਿਣਾ ਪਿਆ ਕਿ ਤੂੰ ਨਾ ਸ਼ੁਕਰਾਂ ਨਾ ਬਣਾ ਸ਼ੁਕਰ ਕਰ ਵਾਹਿਗੁਰੂ ਦਾ ਜਿਨੇ ਤੈਨੂੰ ਇੰਨਾ ਸੋਹਣਾ ਜੀਵਨ ਦਿੱਤਾ ਮਗਰ ਦਾ ਮੀਨਾ ਸਫਲ ਉਹਨਾਂ ਦਾ ਹੀ ਹੈ ਜਿਨ੍ਹਾਂ ਨੇ ਅੰਗ ਸੰਗ ਨਿਰੰਕਾਰ ਨੂੰ ਦੇਖਿਆ ਜਿਨ੍ਹਾਂ ਨੇ ਅੰਗ ਸੰਗ ਕਰਤੇ ਨੂੰ ਜਾਣਿਆ ਤਿੰਨ ਕੀ ਸ਼ੋਭਾ ਕਿਆ ਗਣੀ ਉਹਨਾਂ ਦੀ ਵਡਿਆਈ ਨੂੰ ਕਿਵੇਂ ਬਿਆਨ ਕੀਤਾ ਜਾਵੇ ਸਤਿਗੁਰ ਕਹਿੰਦੇ ਨੇ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮਲਾ ਲਿਆ ਉਹਨਾਂ ਦੀ ਸ਼ੋਭਾ ਕੀ ਕਹੀਏ ਉਹਨਾਂ ਦੀ ਵਡਿਆਈ ਕੀ ਕਹੀਏ ਉਹ ਇੰਨੇ ਕੁ ਵੱਡੇ ਹੋ ਗਏ ਮਾਨ ਹੋ ਗਏ ਜਿਹਨੂੰ ਵਾਹਿਗੁਰੂ ਨੇ ਆਪਣੇ ਪਾਵਨ ਚਰਨਾਂ ਨਾਲ ਜੋੜ ਲਿਆ ਜਿਹਨੂੰ ਕਰਤਾਰ ਨੇ ਆਪਣੀ ਗੋਦ ਵਿੱਚ ਆਪਣੀ ਆਪਣੀਆਂ ਬਾਹਾਂ ਵਿੱਚ ਜਗ੍ਹਾ ਦੇ ਦਿੱਤੀ ਸਫਲ ਉਹਨਾਂ ਦਾ ਹੀ ਹੈ ਪਿਆਰਿਓ ਆਮੀਨਾ ਬਾਕੀਆਂ ਦਾ ਅਸਫਲ ਹੀ ਹੈ ਜਿਹੜੇ ਨਿਰੰਕਾਰ ਤੋਂ ਦੂਰ ਨੇ ਹੁਣ ਸਾਹਿਬ ਵਾਜਾ ਕਿਨੂੰ ਮਾਰਦਾ ਜਿਹੜੇ ਸਾਹਿਬ ਵੱਲ ਤੁਰਦੇ ਨੇ ਰੱਬ ਵਾਜਾਂ ਕਿਨੂੰ ਮਾਰਦਾ ਜਿਹੜੇ ਰੱਬ ਵੱਲ ਤੁਰਦੇ ਨੇ ਸਾਡਾ ਸੁਭਾਅ ਕੁਝ ਹੋਰ ਆ ਅਸੀਂ ਸ਼ਾਮ ਨੂੰ ਠੇਕਿਆਂ ਤੇ ਜਾਣਾ ਤਾਂ ਪਸੰਦ ਕਰਦੇ ਆ ਆਪਾਂ ਗੁਰਦੁਆਰੇ ਜਾ ਕੇ ਰਹਿਰਾਸ ਸੁਣੀ ਕਿੱਥੇ ਪਸੰਦ ਕਰਦੇ ਸਾਡੇ ਅੰਦਰ ਅੰਮ੍ਰਿਤ ਕਿੱਥੇ ਲੰਗਦਾ ਸਾਡੇ ਅੰਦਰ ਤਾਂ ਲਾਣ ਲੰਗਦੀ ਹੈ ਝੂਠ ਦੀ ਜ਼ਿੰਦਗੀ ਨਹੀਂ ਜਿਉਣੀ ਅਸੀਂ ਸੱਚ ਦੀ ਜ਼ਿੰਦਗੀ ਜਿਉਣੀ ਹੈ ਗੁਰਬਾਣੀ ਦੇ ਮੁਤਾਬਕ ਜੀਵਨ ਢਾਲਣਾ ਫਿਰ ਜੀਵਨ ਵਿੱਚ ਆਨੰਦ ਹੈ ਜਿਵੇਂ ਮੱਗਰ ਦਾ ਮਹੀਨਾ ਬਾਰੀ ਤੌਰ ਤੇ ਸਰੀਰ ਨੂੰ ਬਹੁਤ ਸਕੂਨ ਦਿੰਦਾ ਜੇਕਰ ਅੰਦਰ ਵੀ ਲੱਗਣ ਲੱਗ ਜਾਏ ਤਾਂ ਮੱਗਰ ਦੇ ਮਹੀਨੇ ਵਾਲੀ ਅਵਸਥਾ ਅੰਦਰ ਵੀ ਬਣਦੀ ਹੈ ਅੰਦਰ ਵੀ ਠੰਡਾ ਮਿੱਠਾ ਬਣਿਆ ਰਹਿੰਦਾ ਹੈ ਆਨੰਦ ਬਣਿਆ ਰਹਿੰਦਾ ਫਿਰ ਉਹ ਆਨੰਦ ਉਹ ਖੁਸ਼ੀ ਜਿਹੜੀ ਕਦੇ ਖਤਮ ਨਹੀਂ ਹੁੰਦੀ ਤੇ ਉਹਦਾ ਪ੍ਰਭਾਵ ਕੀ ਪੈਂਦਾ ਅੱਗੇ ਪੜਿਓ ਤਨ ਮਨ ਮੌਲਿਆ ਰਾਮ ਸਿਉ ਹੁਣ ਵੇਖੋ ਕਿੰਨੀ ਪਿਆਰੀ ਗੱਲ ਹੈ ਤਨ ਤੇ ਮਨ ਮੋਲਿਆ ਜਾਂਦਾ ਕਿਹਦੇ ਨਾਲ RAM ਸਿਓ ਪਰਮਾਤਮਾ ਦੇ ਨਾਲ ਸੰਗ ਸਾਧ ਸਹੇਲੜੀਆਂ ਉਹਨਾਂ ਦਾ ਤਨ ਤੇ ਉਹਨਾਂ ਦਾ ਮਨ ਖੜਿਆ ਰਹਿੰਦਾ ਕਿਹਨਾਂ ਦੇ ਨਾਲ ਸੰਗ ਸਾਧ ਸਾਧ ਪਾਵ ਗੁਰੂ ਜਿਨ ਨੇ ਰੱਬ ਨੂੰ ਪਾਲਿਆ ਸਹੇਲੜੀਆਂ ਭਾਵ ਉਹਦੀਆਂ ਉਹਦੇ ਸਿੱਖ ਸੇਵਕ ਉਹਨਾਂ ਦਾ ਤਨ ਤੇ ਮਨ ਖੜਿਆ ਰਹਿੰਦਾ ਉਹਨਾਂ ਦੇ ਸਰੀਰ ਵਿੱਚ ਵੀ ਫਰਕ ਦਿਸਦਾ ਉਹਨਾਂ ਦੇ ਮਨ ਵਿੱਚ ਵੀ ਫਰਕ ਦਿਸਦਾ ਉਹਨਾਂ ਦਾ ਸਰੀਰ ਵੀ ਮਾਲਕ ਦੇ ਪਾਵਨ ਚਰਨਾਂ ਨਾਲ ਜੁੜਿਆ ਰਹਿੰਦਾ ਉਹਦਾ ਮਨ ਵੀ ਵਾਹਿਗੁਰੂ ਦੇ ਚਰਨਾਂ 'ਚ ਅਪੇਧ ਹੋਇਆ ਰਹਿੰਦਾ ਭਾਵ ਕਿ ਉਹਨਾਂ ਦੇ ਅੰਦਰ ਅਤੇ ਬਾਹਰ ਹਰ ਵਕਤ ਖੁਸ਼ੀ ਹੀ ਖੁਸ਼ੀ ਬਣੀ ਰਹਿੰਦੀ ਹੈ ਜਿਹੜੇ ਗੁਰੂ ਦੀ ਸੰਗਤ ਕਰਨ ਵਾਲਿਆਂ ਦੇ ਨਾਲ ਬਹਿੰਦੇ ਜਾਂ ਜਿਹੜੇ ਗੁਰੂ ਦੀ ਸੰਗਤ ਕਰਦੇ ਖੜਾਓ ਹੁੰਦਾ ਕਿਉਂਕਿ ਜੇ ਦੇਖੋ ਔਗਣ ਤਾਂ ਗੁਰੂ ਦੇ ਰਾਈ ਦੂਰ ਹੋਣੇ ਫਿਰ ਗੁਰੂ ਕਿਰਪਾ ਕਰਦਾ ਸਾਡੇ ਵਿੱਚੋਂ ਔਗਣ ਕੱਢ ਦਿੰਦਾ ਸਫਾਈ ਕਰ ਦਿੰਦਾ ਸਾਡੇ ਜੀਵਨ ਦੀ ਪਰ ਅੰਦਰ ਵੀ ਖੁਸ਼ੀ ਤੇ ਬਾਹਰ ਵੀ ਖੁਸ਼ੀ ਬਣੀ ਦਿੰਦੀ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜੇ ਅੰਦਰ ਘਰ ਵਿੱਚ ਸੁੱਖ ਨਹੀਂ ਬਾਹਰ ਕਿਥੋਂ ਆਏਗਾ ਜੇ ਘਰ ਤੋਂ ਦੁਖੀ ਆ ਤੇ ਬਾਹਰ ਕਿਤੇ ਸੁੱਖ ਸੋ ਅੰਦਰ ਸੁਖ ਹੋਵੇ ਬਾਹਰ ਸੁਖ ਦਿਸਦਾ ਜੇ ਅੰਦਰ ਸੁੱਖ ਨਹੀਂ ਤੇ ਬਾਹਰ ਕਿੱਥੋਂ ਭੱਲੇ ਗਿਆ ਸੋ ਪਿਆਰਿਓ ਸਤਗੁਰੂ ਕਹਿੰਦੇ ਨੇ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਹੁਣ ਇੱਥੇ ਕਮਾਲ ਦੀ ਗੱਲ ਹੈ ਜਿਹੜੇ ਲੋਕ ਗੁਰੂ ਤੋਂ ਸਖਣੇ ਰਹਿੰਦੇ ਨੇ ਗੁਰੂ ਤੋਂ ਦੂਰ ਰਹਿੰਦੇ ਨੇ ਉਹ ਛਟੜ ਰਹਿੰਦੇ ਨੇ ਕੱਲੇ ਰਹਿੰਦੇ ਨੇ ਛਿਫਟੜ ਜਿਵੇਂ ਗੁਰੂ ਸਾਹਿਬ ਨੇ ਆਸਾ ਦੀ ਵਾਰ ਵਿੱਚ ਇੱਕ ਬਚਨ ਲਿਖਿਆ ਨਾਰ ਪੜਿਓ ਜੀ ਨਾਨਕ ਗੁਰੂ ਨਾ ਚੇਤਨੀ ਜਿਹੜੇ ਗੁਰੂ ਨੂੰ ਨਹੀਂ ਚੇਤੇ ਕਰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਤੇ ਆਪਣੇ ਮਨ ਤੋਂ ਬਹੁਤ ਸਿਆਣੇ ਤੇ ਚਤੁਰ ਬਣੇ ਰਹਿੰਦੇ ਛੱਟੇ ਤਿਲ ਬਿਵਾੜ ਜਿਉ ਤਿਲਾਂ ਦੇ ਖੇਤ ਦੇ ਵਿੱਚ ਜਦੋਂ ਕਿਸਾਨ ਖੇਤੀ ਕਰਦਾ ਤਿਲਾਂ ਦੀ ਤੇ ਕੀ ਵੇਖਦਾ ਤਿਲ ਤਿਆਰ ਹੋ ਗਏ ਨੇ ਕੱਟ ਲੈਂਦਾ ਓ ਲੇਕਿਨ ਕੁਝ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਨਹੀਂ ਵੜਦਾ ਕਿਉਂਕਿ ਉਹ ਬਾਹਰੋਂ ਤਾਂ ਤਿਲਾ ਵਰਗੇ ਸਾਫ਼ ਸੁਧਰੇ ਹੁੰਦੇ ਨੇ ਲੇਕਿਨ ਅੰਦਰ ਤੇਲ ਨਹੀਂ ਕਾਲਕੁੰਦੀ ਰੂਪ ਬਾਹਰੋਂ ਵੇਖ ਨੂੰ ਸੋਹਣਾ ਹੈ ਲੇਕਿਨ ਕਿਸਾਨ ਨੂੰ ਉਹਨਾਂ ਦੀ ਪਰਖ ਹੈ ਉਹਨਾਂ ਨੂੰ ਛੁੱਟੜ ਰਹਿ ਦਿੰਦਾ ਇਕੱਲੇ ਰਹਿਣ ਦਿੰਦਾ ਵੀ ਤੁਹਾਡੀ ਮੈਨੂੰ ਲੋੜ ਨਹੀਂ ਕਿਉਂਕਿ ਤੁਹਾਡੇ ਵਿੱਚ ਇੰਨੀ ਲਿਆਕਤ ਹੀ ਨਹੀਂ ਕਿ ਮੈਂ ਤੁਹਾਨੂੰ ਵੜ ਕੇ ਤੇ ਬਾਕੀ ਖੇਤੀ ਦੇ ਨਾਲ ਰਲਾ ਸਕਾਂ ਦੁਨੀਆ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਬਾਹਰੋਂ ਬਹੁਤ ਸੋਹਣੇ ਸਾਫ਼ ਸੁਧਰੇ ਲੇਕਿਨ ਅੰਦਰ ਕਾਲਖ ਹੁੰਦੀ ਹੈ ਗੰਦਗੀ ਹੁੰਦੀ ਹੈ ਗੁਰੂ ਫਿਰ ਕੀ ਪਿਆਰ ਕਰੇਗਾ ਨਾਨਕ ਗੁਰੂ ਦਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਿਵਾੜ ਜਿਉ ਛੁੱਟੇ ਛੱਡ ਦਿੰਦਾ ਹੈ ਉਹਨਾਂ ਨੂੰ ਉਹਨਾਂ ਨੂੰ ਨਹੀਂ ਉਹਨਾਂ ਨੂੰ ਰੱਖਦਾ ਕਿਸਾਨ ਛੁੱਟੇ ਤਿਲ ਬਿਵਾੜ ਜਿਉ ਸੁੰਝੇ ਅੰਦਰ ਖੇਤ ਕੱਲੇ ਪੈ ਰਹੇ ਨੇ ਸੁੰਝੇ ਖੇਤ ਵਿੱਚੋਂ ਖੇਤਾਂ ਦੇ ਅੰਦਰ ਛਟੀਆਂ ਕੋ ਨਾਨਕ ਸੋ ਨਾ ਉਹਨਾਂ ਦੇ ਕਈ ਖਸਮ ਬਣ ਜਾਂਦੇ ਨੇ ਪਰ ਜਿਹੜਾ ਚਾਹੀਦਾ ਉਹ ਉਹਨਾਂ ਨੂੰ ਹੱਥ ਨਹੀਂ ਲਾਉਂਦਾ ਉਹ ਨਾਨਕ ਕੋ ਨਾਨਕ ਸੋ ਨਾ ਫਲੀਆਂ ਫੁਲੀਆਂ ਬਪੜੇ ਭੀ ਤਨ ਵਿੱਚ ਸਵਾ ਫਲ ਦੇ ਫੁਲੜੇ ਬਹੁਤ ਨੇ ਪਰ ਅੰਦਰ ਸਵਾ ਹੀ ਰਿੰਦੀ ਹੈ ਤੇਲ ਨਹੀਂ ਹੁੰਦਾ ਇਸ ਲਈ ਉਹਨਾਂ ਦੀ ਕਦਰ ਨਹੀਂ ਪੈਂਦੀ ਬਾਹਰੋਂ ਸੇਖਾਂ ਅੰਦਰ ਸ਼ਰਦਾ ਨਹੀਂ ਵਿਸ਼ਵਾਸ ਨਹੀਂ ਲਗਨ ਨਹੀਂ ਪਿਆਰ ਨਹੀਂ ਇਮਾਨਦਾਰੀ ਨਹੀਂ ਫਿਰ ਗੁਰੂ ਨਾਲ ਕੀ ਜੁੜਾਂਗੇ ਆਪਾਂ ਅੰਦਰ ਕਾ ਲਖੇ ਹੁਣ ਗੁਰੂ ਸਾਹਿਬ ਨੇ ਕੀ ਕਿਹਾ ਜੀ ਸਾਧ ਜਣਾ ਤੇ ਬਾਹਰੀ ਜਿਹੜੇ ਲੋਕ ਗੁਰੂ ਤੋਂ ਵਿਹੂਣੇ ਹੁੰਦੇ ਨੇ ਗੁਰੂ ਤੋਂ ਦੂਰ ਰਹਿੰਦੇ ਨੇ ਸੇ ਰਹਿਣ ਅਕੇਲੜੀਆਂ ਉਹ ਕੱਲੇ ਹੀ ਰਹਿੰਦੇ ਨੇ ਉਹਨਾਂ ਦੀਆਂ ਜਿੰਦਾ ਸੜਦੀਆਂ ਤਪਦੀਆਂ ਰਹਿੰਦੀਆਂ ਨੇ ਕਿਉਂਕਿ ਉਹ ਕਹਿੰਦੇ ਨੇ ਸਾਨੂੰ ਗੁਰੂ ਦੀ ਲੋੜ ਨਹੀਂ ਅਸੀਂ ਬਹੁਤ ਸਿਆਣੇ ਆ ਬੜੇ ਸਮਝਦਾਰ ਆਪਾਂ ਤੇ ਜਿਆਦਾ ਸਮਝਦਾਰੀ ਉਹਨਾਂ ਦੇ ਜੀਵਨ ਨੂੰ ਡੁੱਬ ਦਿੰਦੀ ਹੈ ਤਿੰਨ ਦੁੱਖ ਨ ਕਬਹੂ ਉਤਰੈ ਉਹਨਾਂ ਦਾ ਦੁੱਖ ਕਦੇ ਵੀ ਨਹੀਂ ਉਤਰਦਾ ਸੇ ਜਮ ਕੇ ਵਸ ਪੜੀਆਂ ਉਹ ਵਿਕਾਰਾਂ ਰੂਪ ਜਮਾ ਦੇ ਵਸ ਪੜੀਆਂ ਰਹਦੀਆਂ ਨੇ ਭਾਵ ਉਹ ਜਮਾ ਦੇ ਵਾਸੀ ਪਏ ਰਹਿੰਦੇ ਜਿੰਨੀ ਰਾਵਿਆ ਪ੍ਰਭ ਆਪਣਾ ਜਿਨ੍ਹਾਂ ਨੇ ਮਾਲਕ ਨੂੰ ਰਾਵਿਆ ਭਾਵ ਕਿ ਜਿਨ੍ਹਾਂ ਨੇ ਮਾਲਕ ਦਾ ਸਾਥ ਮਾਣਿਆ ਸਵਾਦ ਮਾਣਿਆ आनंद ਦੇ ਵਿੱਚ ਜ਼ਿੰਦਗੀ ਬਤੀਤ ਕੀਤੀ ਸੇਦਸਣ ਨਿਤ ਖੜੀਆਂ ਉਹ ਸਦਾ ਸੁਚੇਤ ਰਹਿੰਦੀਆਂ ਨੇ ਜਿੰਦਾਂ ਉਹ ਸਦਾ ਸੁਚੇਤ ਰਹਿੰਦੇ ਨੇ ਲੋਕ ਮਾਲਕ ਦੇ ਪ੍ਰਤੀ ਸੁਚੇਤ ਰਹਿੰਦੇ ਨੇ ਸਾਵਧਾਨ ਰਹਿੰਦੇ ਨੇ ਉਹ ਆਪਣੇ ਆਉਗਣਾ ਦਾ ਨਾਸ਼ ਕਰਕੇ ਆਪਣੇ ਅੰਦਰ ਰੱਬੀ ਗੁਣਾ ਦਾ ਪ੍ਰਕਾਸ਼ ਕਰਕੇ ਤੇ ਗੁਰੂ ਨਾਨਕ ਦਾ ਭੁੱਲ ਕੇ ਵੀ ਪੱਲਾ ਨਹੀਂ ਛੱਡਦੇ ਉਹ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਗੁਰੂ ਨਾਨਕ ਦਾ ਪੱਲਾ ਛੱਡ ਕੇ ਦੁੱਖ ਹੀ ਦੁੱਖ ਹੈ ਜੇ ਗੁਰੂ ਨਾਨਕ ਨਾਲ ਜੁੜ ਕੇ ਰਵਾਂਗੇ ਤੇ ਦੁੱਖ ਨੇੜੇ ਨਹੀਂ ਆਉਣਗੇ ਜ਼ਿੰਦਗੀ 'ਚ ਸੁੱਖ ਹੀ ਸੁੱਖ ਬਣੇ ਰਹਿਣਗੇ ਸਤਿਗੁਰੂ ਕਹਿੰਦੇ ਨੇ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਹੁਣ ਉਹਨਾਂ ਦੇ ਅੰਦਰ ਨਾ ਗੁਣ ਪੈਦਾ ਹੋ ਜਾਂਦੇ ਗੁਣ ਜਿਹੜੇ ਰਤਨ ਜਵੇਹਰ ਤੇ ਲਾਲਾਂ ਵਰਗੇ ਬੇਸ਼ਕੀਮਤੀ ਜੀਵਨ ਬਣ ਜਾਂਦਾ ਉਹਨਾਂ ਦਾ ਕੰਠ ਤਿੰਨ ਜੜੀਆਂ ਕੰਠ ਭਾਵ ਗਲਾ ਉਹ ਜਿਵੇਂ ਨਾ ਗਲੇ ਵਿੱਚ ਹਾਰ ਪਰੋਏ ਹੁੰਦੇ ਨੇ ਮੋਤੀਆਂ ਦੇ ਇਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਵਿੱਚ ਇਹ ਗੁਣਾ ਦਾ ਸ਼ਿੰਗਾਰ ਹੋ ਜਾਂਦਾ ਬੜੇ ਬੇਸ਼ਕੀਮਤੀ ਜੀਉਣ ਵਾਲੇ ਉਹ ਲੋਕ ਕੋ ਜੁਹੰਦੇ ਨੇ ਜਿਨ੍ਹਾਂ ਦੇ ਅੰਦਰ ਮਾਲਕ ਜੀ ਕਿਰਪਾ ਕਰਕੇ ਗੁਣ ਪੈਦਾ ਕਰ ਦਿੰਦਾ ਹੁਣ ਗੁਣਾ ਤੋਂ ਵੱਡੀ ਕੋਈ ਦੌਲਤ ਨਹੀਂ ਜਿਹੜਾ ਗੁਣੀ ਹੈ ਉਹ ਤੋਂ ਵੱਡੀ ਕੋਈ ਦੌਲਤ ਨਹੀਂ ਗੁਣ ਲਾਜ਼ਮੀ ਚਾਹੀਦੇ ਹੈ ਵਾਹਿਗੁਰੂ ਤੋਂ ਦੂਰ ਹੋ ਕੇ ਗੁਣ ਖਤਮ ਹੁੰਦੇ ਹੈ ਵਾਹਿਗੁਰੂ ਦੇ ਨੇੜੇ ਆ ਕੇ ਗੁਣ ਜਿਹੜੇ ਐ ਉਹ ਫਲ ਦੇ ਫਲ ਦੇ ਨਾਨਕ ਵਾਂਛੈ ਧੂੜ ਤਿਨ ਮੈਂ ਨਾਨਕ ਉਹਨਾਂ ਦੀ ਚਰਨ ਧੂੜ ਮੰਗਦਾ ਹਾਂ ਪ੍ਰਭ ਸ਼ਰਣੀ ਦਰ ਪੜੀਆਂ ਜਿਹੜੇ ਲੋਕ ਪ੍ਰਮਾਤਮਾ ਦੇ ਸ਼ਰਨ ਉਹਦੇ ਦਰ ਦੇ ਸਾਹਮਣੇ ਪਏ ਰਹਿੰਦੇ ਨੇ ਜਿਹੜੇ ਕਹਿੰਦੇ ਤੇਰੇ ਦਰ ਤੋਂ ਇਲਾਵਾ ਕੋਈ ਦਰ ਚਾਹੀਦਾ ਹੀ ਨਹੀਂ ਗੁਰੂ ਨਾਨਕ ਤੇਰੇ ਘਰ ਤੋਂ ਇਲਾਵਾ ਕੋਈ ਘਰ ਚਾਹੀਦਾ ਹੀ ਨਹੀਂ ਸਾਨੂੰ ਗੁਰੂ ਸਾਹਿਬ ਵੀ ਕਹਿੰਦੇ ਨੇ ਮੈਨੂੰ ਉਹ ਚੰਗੇ ਹੀ ਬੜੇ ਲੱਗਦੇ ਨੇ ਜਿਹੜੇ ਦਰ ਦਾਤੇ ਭਟਕਣ ਜਿਨ੍ਹਾਂ ਨੂੰ ਸਵਾਦ ਹੀ ਨਾ ਵਿੱਚ ਚੰਗਣ ਲੱਗੇ ਇੱਕ ਦਰ ਕਦੀ ਕਿਸੇ ਦਰ ਮੂਰੇ ਕਦੀ ਕਿਸੇ ਦਰ ਮੂਰੇ ਦੱਸੋ ਉਹਨਾਂ ਦੀ ਜ਼ਿੰਦਗੀ ਵਿੱਚ ਫੇਗਾ ਦਾ ਸੁਖ ਭਟਕਦੇ ਭਟਕਦੇ ਮਰ ਜਾਂਦੇ ਨੇ ਸਤਿਗੁਰ ਕਹਿੰਦੇ ਮੰਗਰ ਪ੍ਰਭ ਅਰਾਧਨਾ ਬਹੋੜ ਨਾ ਜਨਮੜੀਆਂ ਮੱਗਰ ਦੇ ਮਹੀਨੇ ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਕੇ ਜੰਮਣ ਮਰਨ ਦਾ ਗੇੜ ਨਹੀਂ ਵਿਆਪਦਾ ਇਹ ਅਸੀਂ ਸਮਝਣਾ ਕਿ ਆ ਜਿਹੜਾ ਪਿਆਰਾ ਮਹੀਨਾ ਮੱਗਰ ਜੋ ਸਤਿਗੁਰ ਨੇ ਅੱਜ ਸਾਨੂੰ ਦਿੱਤਾ ਹੈ ਇਦੇ ਵਿੱਚ ਅਸੀਂ ਕਿਸ ਤਰ੍ਹਾਂ ਉਹਦੀ ਬੰਦਗੀ ਕਰਨੀ ਹੈ ਤੇ ਜੀਵਨ ਸੁਹੇਲਾ ਬਣਾਉਣਾ ਸਾਡੇ ਘਰਾਂ 'ਚ ਸੁੱਖ ਵਸੇ ਕਲੇਸ਼ ਦੂਰ ਹੋਵੇ ਅਸੀਂ ਆਪੋ ਆਪਣੇ ਘਰਾਂ 'ਚ ਫੁੱਲਾਂ ਵਾਂਗੂ ਖੁਸ਼ਬੂ ਵੰਡਦੇ ਰਹੀਏ ਸਾਡੀਆਂ ਫੈਮਲੀਆਂ ਵਿੱਚ ਪਿਆਰ ਬਣਿਆ ਰਹੇ ਇਹ ਹੀ ਮੇਰੀ ਅਰਦਾਸ ਹੈ ਤੇ ਨਾਲ ਪਿਆਰਿਓ ਇਹ ਵੀ ਬੇਨਤੀ ਹੈ ਆਓ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਗੁਰਬਾਣੀ ਪੜ੍ਹੀਏ ਵਿਚਾਰੀਏ ਤੇ ਜੀਵਨ ਸੁਹੇਲਾ ਬਣਾਈਏ ਮੇਰੇ ਨਾਲ ਇੱਕ ਵਾਰੀ ਗੱਜ-ਵੱਜ ਕੇ ਜ਼ਰੂਰ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮੱਗਰ ਦਾ ਮੀਨਾ ਤੁਹਾਡਾ ਸਾਰਿਆਂ ਦਾ ਸੁੱਖਾਂ ਵਰਗਾ ਪਿਆਰਾ ਜਿਹਾ ਤੇ ਹੱਸਦਿਆਂ ਖੇੜਦਿਆਂ ਬਤੀਤ ਹੋਵੇ ਤੇ ਅਸੀਂ ਹਮੇਸ਼ਾ ਇਸ ਜ਼ਿੰਦਗੀ ਨੂੰ ਗੁਰੂ ਦੇ ਆਸਰੇ ਤੇ ਵਧੀਆ ਜੀਉ ਕੇ ਸੰਸਾਰ ਤੋਂ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ